ਹੁਣ ਤੁਹਾਨੂੰ ਜੀ ਰਿਸ਼ੀਕੇਸ਼ ਦੀ ਜਿਹੜੀ ਲੋਕਲ ਮਾਰਕੀਟ ਹੈ ਨੇੜੇ ਤੇੜੇ ਦੀ ਮਾਰਕੀਟ ਦੁਕਾਨਾਂ ਦੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਤੇ ਸਵਾਗਤ ਹੈ ਤੁਹਾਡਾ ਜੀ ਨਵੇਂ ਵਲੋਗ 'ਚ ਤੇ ਇੱਥੇ ਆਪਾਂ ਅੱਜ ਰਿਸ਼ੀਕੇਸ਼ ਐਕਸਪਲੋਰ ਕਰਾਂਗੇ लो जी आप हम चले राम चुला देखना टाइम तो 9 बज गए ने वैसे देखते हैं भी मैं भी पहली बार देखने चलिया राम चुला तो थोनू भी दिखावांगे एक लक्ष्मण चुला आता एक राम चुला सारी मार्केट बनी हुई है इतना समान तो महंगा ही मिलता होना ना समान तो और महंगा ही गाइस आ देखो मैं तुहानू दस्या सी ना वी उरे गावां ते लोग जिहड़े छोटे होए हुंदे आ देखो किन्नियां छोटियां छोटियां गावां ते उहदा बच्चा होना वा मेरे ख्याल च तीन तीन चार चार फुट दियां होणियां ने आपां हुण इस टाइम ऋषिकेश गुरुद्वारा साहिब दी जिहड़ी लोकल मार्केट आ आपां तुहानू दिखा रहे हां जो आप गुरुद्वारा साहब तो लक्ष्मण चुला या राम चुला देखने आने हैं 10 रुपए लेंदे ने ऑटो वाले तो ला देंगे तो थोड़ा जहा तुर के जाना पैंदा थले चढ़ाई नूं इत्थे ऑटो लाओ नहीं है तो तुर के जाना पैंदा वा हुण देखो जी किन्नियां सोहणियां सोहणियां मूर्तियां हुण मार्केट सारी क्लोज होण लगी है अगर जे तुसी कुछ भी लेना होवे कोई बरसाती बरसुती कोई समान लेना होवे तां ऋषिकेश तो लै सकदे हो क्योंकि इत्थे जिहड़ा रेट है वह ठीक ठाक है जदों आपां गोबिंद घाट जांदे आ जदों आपां उत्थों लैंदे आ समान तां उहदा जिवें 10 रुपए प्राइस आ उत्थे 20 रुपए हो जांदा वा फिर गोबिंद धाम जाके 20 तों 40 हो जांदा नगरी ऋषिकेश आगमन पर आपका अच्छा ये राम चुला अच्छा मैनू लग्या कि उदा हुंदा चुला पूरा हिलदा वाहे नाले देखो सीमेंट ना बनाया होया बंपिंग कर रहा वा इदा जंपिंग जिहा कर रहा वा आपां इस टाइम गंगा दे उत्तों दी पुल राही पार कर रहे हैं ये जिहड़ी नदी जा रही है सारी दी सारी गंगा वा ते इत्थों ये हरिद्वार होके जांदी आ आपां ओह लंघे सी राम चुला हुण शायद देख नहीं रहा आ बड़ा ज्यादा वधिया मी आ गया मी भज लो थले सारा पानी आ
ਸੀਗੇ ਜੀ ਆਪਣੇ ਕਮਰਾ ਨੰਬਰ 124 125 ਨੰਬਰ ਆਪਾਂ ਨੂੰ ਦੋ ਕਮਰੇ ਮਿਲੇ ਸੀਗੇ ਤੇ ਸਵੇਰ ਦੇ 4:30 ਹੋ ਚੁੱਕੇ ਨੇ ਸਾਰੇ ਬੰਦੇ ਆਪਣੇ ਤਿਆਰ ਸ਼ਿਆਰ ਹੋ ਗਏ ਨੇ ਗੱਦੇ ਗੁੱਦੇ ਆਪਾਂ ਰੱਖਤੇ ਸਾਰੇ ਹਾਂਜੀ ਵੀਰੇ ਰੈਡੀ ਹੋ ਹਾਂ ਠੀਕ ਹੈ ਠੀਕ ਹੈ ਤੇ ਇੱਧਰ ਵੀ ਆਪਣੇ ਬੰਦੇ ਭਰਾ ਹਜੇ ਮੇਰਾ ਤਿਆਰ ਹੋ ਰਿਹਾ ਵਾ ਸਵੇਰ ਦੇ ਵੱਜ ਰਹੇ ਨੇ ਜੀ 4:30 ਤੇ ਅਸੀਂ 4 ਵਜੇ ਦੇ ਉੱਠੇ ਹੋਏ ਹਾਂ ਅਤੇ ਇਸ ਟਾਈਮ ਆਪਾਂ ਹੈਗੇ ਰਿਸ਼ੀਕੇਸ਼ ਤੁਸੀਂ ਜੇ ਪਹਿਲਾਂ ਵਾਲੇ ਬਲੌਗ 'ਚ ਦੇਖਿਆ ਹੋਊਗਾ ਹੁਣ ਆਪਣੀ ਤਿਆਰੀਆਂ ਹੋ ਚੁੱਕੀਆਂ ਕਿ ਆਪਾਂ ਗੋਬਿੰਦ ਘਾਟ ਵੱਲ ਨੂੰ ਚਾਲੇ ਪਾਈਏ ਕਿਉਂਕਿ ਰਿਸ਼ੀਕੇਸ਼ ਆਉਣ ਨੂੰ ਜਿਹੜਾ ਸਾਨੂੰ ਟਾਈਮ ਲੱਗਿਆ ਵਾ ਜੇ 11 ਵਜੇ ਤੋਂ ਵੀ ਲਾਈਏ ਅਸੀਂ ਵੀਰੇ 7 ਵਜੇ ਪਹੁੰਚੇ ਹਾਂ ਤਾਂ ਵੀ ਸਾਨੂੰ ਘੱਟੋ ਘੱਟ ਆਪਣਾ 6-7 ਘੰਟੇ ਲੱਗ ਗਿਆ ਪਰ ਜਿਹੜਾ ਹੁਣ ਆਪਾਂ ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਨੂੰ ਜਾਣਾ ਵਾ ਉਹ ਸਭ ਤੋਂ ਜ਼ਿਆਦਾ ਪੈਂਡਾ ਵਾ ਲੰਬਾ ਵਾ ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਨੂੰ ਹੁਣ ਇਹ ਆ ਵੀ ਜੇ ਆਪਾਂ ਸਾਦਰੇ ਨਿਕਲ ਜਾਈਏ ਉਹ ਸਭ ਨਾਲੋਂ ਬੈਸਟ ਆ ਕਿਉਂਕਿ ਮੌਸਮ ਵੀ ਸਾਫ਼ ਹੈ ਰਾਹ 'ਚ ਵੀ ਕੋਈ ਦਿੱਕਤ ਨਹੀਂ ਆਉਣੀ ਕੋਈ ਟ੍ਰੈਫਿਕ ਨਹੀਂ ਹੁੰਦੀ ਹੈਗੀ ਇਹਨਾਂ ਨੇ ਛੇਤੀ ਛੇਤੀ ਜਿਹੜਾ ਸਫ਼ਰ ਆਪਾਂ ਤੋਂ ਕਵਰ ਹੋ ਜਾਂਦਾ ਵਾ ਠੀਕ ਹੈ ਮੌਸਮ ਵੀ ਇਸ ਟਾਈਮ ਠੰਡਾ ਹੀ ਆ ਇੱਥੇ ਅਤੇ ਆਪਾਂ ਸਾਰੇ ਬੰਦੇ ਤਿਆਰ ਹੋ ਗਏ ਫਰੈਸ਼ ਹੋ ਗਏ ਨੇ ਸਾਰੇ ਨਹਾ ਨਹੂ ਕੇ ਹੁਣ ਆਪਾਂ ਚੱਲਦੇ ਹਾਂ ਗੋਬਿੰਦ ਘਾਟ ਨੂੰ ਅਤੇ ਪਹਿਲਾਂ ਆਪਾਂ ਛਕਾਂਗੇ ਚਾਹ ਗੱਡੀਆਂ ਆਪਣੀਆਂ ਉੱਥੇ ਖੜੀਆਂ ਨੇ ਬਸ ਇਹੀ ਹੈ ਨਾ ਇੱਕ ਜਦੋਂ ਵੀ ਆਓ ਨਾਲ ਆਪਣਾ ਸਮਾਨ ਪੂਰਾ ਕੈਰੀ ਕਰਕੇ ਆਇਆ ਕਰੋ ਜਿਵੇਂ ਹੋ ਗਿਆ ਸਾਬਣ ਹੋ ਗਿਆ ਤੇਲ ਵੀ ਲਿਆਇਆ ਕਰੋ ਸਰੋਂ ਦਾ ਹੈ ਨਾ ਬੁਸ਼ ਕੋਲਗੇਟ ਹੋ ਗਿਆ ਇੱਥੇ ਕਈ ਲੈ ਕੇ ਨਹੀਂ ਆਏ ਫਿਰ ਇੱਥੇ ਸਮਾਨ ਮਹਿੰਗਾ ਮਿਲਦਾ ਵਾ ਉਹਦੇ ਸਾਬਣ ਵੀ ਕੋਲਗੇਟ ਵੀ ਜੋ ਵੀ ਆਪਾਂ ਸਮਾਨ ਲੈਂਦੇ ਹਾਂ ਆਪਣੇ ਪੰਜਾਬ ਦੇ ਨਾਲੋਂ ਬਹੁਤ ਜ਼ਿਆਦਾ ਫਰਕ ਆ ਉਹਦੇ ਮਹਿੰਗਾ ਮਿਲਦਾ ਸਮਾਨ ਅਤੇ ਆਪਣਾ ਲੈ ਕੇ ਆਇਆ ਕਰੋ ਨਾਲ ਸਗੋਂ ਬੈਸਟ ਆ ਵਧੀਆ ਦਵਾਈ ਦਵੂਈ ਵੀ ਲੈ ਕੇ ਆਇਆ ਕਰੋ ਇੱਕ ਦੋ ਜਣਾਂ ਦੀ ਤਬੀਅਤ ਵੀ ਖਰਾਬ ਹੋ ਗਈ ਬੁਖਾਰ ਹੋ ਗਿਆ ਜਿਵੇਂ ਕਰੋਸਿਨ ਦੀ ਗੋਲੀ ਹੋਈ ਡੋਲੋ ਹੋ ਗਈ ਲੈ ਕੇ ਆਇਆ ਕਰੋ ਨਾਲ ਕਿ ਐਵਰੀਥਿੰਗ ਇਜ਼ ਓਕੇ ਹੁਣ ਆਪਾਂ ਚੱਲਦੇ ਹਾਂ ਹੁਣ ਮੱਥਾ ਟੇਕ ਕੇ ਆਪਾਂ ਗੋਬਿੰਦ ਘਾਟ ਨੂੰ ਨਿਕਲਣਾ ਰਾਤ ਅਸੀਂ ਗਏ ਸੀਗੇ ਰਾਮ ਚੁੰਦਾ ਦੇਖਣ ਉੱਥੇ ਵੈਸੇ ਮੀਂਹ ਬਹੁਤ ਤੇਜ਼ ਹੋ ਗਿਆ ਸੀਗਾ ਰਾਤ ਨੂੰ ਅਤੇ ਅਸੀਂ ਭੱਜੇ ਭੱਜੇ ਗੁਰਦੁਆਰਾ ਸਾਹਿਬ ਪਹੁੰਚ ਗਏ ਟਾਈਮ ਵੀ 10 ਵੱਜ ਗਏ ਸੀ ਵੈਸੇ ਵੀ ਅਸੀਂ ਥੱਕੇ ਬਹੁਤ ਹੋਏ ਸੀ ਥਕਾਵਟ ਕਰਕੇ ਫਿਰ ਮੈਂ ਵਲੋਗ ਕੰਟੀਨਿਊ ਨਹੀਂ ਕੀਤਾ ਅਤੇ ਹੁਣ ਸਿੱਧਾ ਹੀ ਅਗਲੇ ਦਿਨ 26 ਤਰੀਕ ਨੂੰ ਕੰਟੀਨਿਊ ਕਰ ਰਿਹਾ ਵਾਂ ਚੌਵੀ ਘੰਟੇ ਵੀਰੇ ਲੰਗਰ ਚੱਲਦਾ ਵਾ ਰਿਸ਼ੀਕਲ ਇਸ ਟਾਈਮ 5 ਵੱਜ ਚੁੱਕੇ ਆ ਦੇਖੋ ਲੰਗਰ ਹਜੇ ਵੀ ਚੱਲ ਰਿਹਾ ਕਿਸੇ ਨੇ ਲੰਗਰ ਵੀ ਛਕਣਾ ਹੁੰਦਾ ਵਾ ਕੋਈ ਪ੍ਰੋਬਲਮ ਨਹੀਂ ਗੀ ਹੁਣ ਆਪਾਂ ਅੰਦਰ ਗੁਰਦੁਆਰਾ ਸਾਹਿਬ ਚੱਲਦੇ ਹਾਂ ਮੱਥਾ ਟੇਕਣ ਅਸੀਂ ਵਾਲੇ ਰਿਸ਼ੀਕੇਸ਼ ਸਾਨੂੰ ਅੱਧਾ ਪੌਣਾ ਘੰਟਾ ਹੀ ਹੋਇਆ ਸੀ ਤੇ ਸਾਨੂੰ ਜਾਮ ਬਹੁਤ ਲੰਬਾ ਟੱਕਰ ਗਿਆ ਤੇ ਆਪਾਂ ਅਜੇ ਹੁਣੀ ਜਾ ਕੇ ਆਏ ਨੇ ਕਹਿੰਦੇ ਅੱਗੇ ਤਾਂ ਕੋਈ ਅੰਤ ਨਹੀਂ ਬਹੁਤ ਜ਼ਿਆਦਾ ਲੰਬਾ ਜਾਮ ਲੱਗਿਆ ਹੋਇਆ ਵਾ ਉਹ ਤੁਸੀਂ ਦੇਖੋ ਇਹ ਘੱਟੋ ਘੱਟ 1.5-2 ਕਿਲੋਮੀਟਰ ਤੱਕ ਜਾਮ ਲੱਗਿਆ ਹੋਇਆ ਪੂਰਾ ਸਾਨੂੰ ਖੜਿਆਂ ਨੂੰ ਵੀ ਘੱਟੋ ਘੱਟ 15-20 ਮਿੰਟ ਹੋ ਗਏ ਜਿੰਨੀਆਂ ਸਵੇਰ ਦੀਆਂ ਭਾਜੀ ਗੱਡੀਆਂ ਤੁਰੀਆਂ ਨੇ ਨਾ ਸਾਰੀਆਂ ਖੜੀਆਂ ਨੇ ਸਭ ਤੋਂ ਬੈਸਟ ਜਿਹੜਾ ਆਉਣ ਦਾ ਵਾ ਉਹ 2-wheeler ਤੇ ਆ ਮੋਟਰਸਾਈਕਲਾਂ ਤੇ ਆਉਣ ਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਹੁਣ ਜਿਵੇਂ ਜਾਮ ਲੱਗਾ ਆ ਬੰਦਾ ਮੋਟਰਸਾਈਕਲ ਹੀ ਕੱਢ ਲੈਂਦਾ ਹੈ ਨਾ ਜੀ ਬਾਹਰ ਬਹੁਤ ਪੰਗਾ ਬਾਈਕ ਦਾ ਬੈਸਟ ਆ 2-wheeler ਗੱਡੀਆਂ ਦਾ ਲੋ ਜੀ ਸਾਨੂੰ ਘੱਟੋ ਘੱਟ 1 ਘੰਟਾ ਹੋ ਚੁੱਕਿਆ ਵਾ ਪਰ ਜਿਹੜਾ ਰਾਹ ਵਾ ਹਜੇ ਤੱਕ ਨਹੀਂ ਖੁੱਲਿਆ ਵਾ 7 ਵੱਜ ਚੁੱਕੇ ਆ ਸਗੋਂ ਅਸੀਂ ਸੋ ਆਪਣਾ ਗੁਰਦੁਆਰਾ ਸਾਹਿਬ ਤੋਂ ਤੁਰੇ ਸੀ ਵੀ ਆਪਾਂ ਟਾਈਮ ਨਾਲ ਨੱਪੜ ਜਾਂਗੇ ਬਟ ਰਾਹ ਹਜੇ ਤੱਕ ਖੁੱਲਿਆ ਨੀ 1 ਘੰਟਾ ਹੋ ਗਿਆ ਖੜਿਆ ਨੂੰ ਸਾਨੂੰ ਉਰੇ
ਜੇ ਏਦਾਂ ਹੀ ਰਿਹਾ ਫਿਰ ਤਾਂ ਬਹੁਤ ਜ਼ਿਆਦਾ ਮੁਸ਼ਕਲ ਆ ਗੋਬਿੰਦ ਘਾਟ ਪਹੁੰਚਣ ਤੱਕ। ਉੱਦਾਂ ਵੈਸੇ ਜੇ ਸਹੀ ਤੁਰੇ ਜਾਂਦੇ ਤਾਂ ਆਰਾਮ ਨਾਲ 6-7 ਕੁ ਵਜੇ ਪਹੁੰਚ ਜਾਣਾ ਸੀਗਾ। ਅੱਗੇ ਲੱਗੇ ਹੋਏ ਨੇ ਬੰਦੇ, ਜਿਹੜੇ ਕੰਸਟਰਕਸ਼ਨ ਵਾਲੇ ਬੰਦੇ ਨੇ ਉਹ ਲੱਗੇ ਹੋਏ ਨੇ ਕੰਮ ਕਰਨ, ਤੇ ਸਾਡੇ ਤੋਂ ਪਿੱਛੇ ਗਾਂ ਬਹੁਤ ਲੰਬੀ ਲੈਣ ਲੱਗ ਗਈ ਆ। ਅਸੀਂ ਤੁਰ ਕੇ ਗਏ ਹਾਂ ਸਗੋਂ ਮੁੱਕਣ ਦੀ ਨਹੀਂ ਆ ਰਿਹਾ ਸੀਗਾ ਘੱਟੋ ਘੱਟ। ਅਸੀਂ ਕਿਹਾ ਕੱਲ ਨੂੰ ਵੀ ਚੜ੍ਹਾਈ ਚੜ੍ਹਨੀ ਆ, ਫਿਰ ਅਸੀਂ ਵਾਪਸ ਹੀ ਆ ਗਏ। ਨੈਟਵਰਕ ਦੇ ਇਸ਼ੂ ਹੈਗੇ ਆ, ਸ਼ਾਇਦ ਬਲੌਗ ਥੋੜੇ ਅੱਗੇ ਪਿੱਛੇ ਕਰਕੇ ਲੇਟ ਆਣਗੇ। ਆਜੋ 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 ਬਣਾ ਦੀ ਸੜਕ। ਬਹੁਤ ਇੱਕ ਹੋਰ ਪਹਾੜੀ ਜਿਹੜੀ ਰੁਕ ਟੁੱਟੀ ਉਹ ਦਾ ਲੰਘ ਗਏ ਆ, ਅੱਗੇ ਫੇਰ ਜਾਮ ਲੱਗਿਆ ਵਾ। ਆਹ ਦੇਖੋ ਪੁਲਿਸ ਵਾਲਿਆਂ ਨੇ ਰਾਹ ਰੋਕਿਆ ਵਾ, ਉਹ ਤੋੜ ਤੱਕ ਲੈਣ ਲੱਗੀ ਪਈ ਆ ਪੂਰੀ। ਧੁੱਪ ਵੀ ਨਿਕਲ ਆਈ ਆ, ਚਲੋ ਸ਼ੁਕਰ ਆ, ਰਾਤ ਤਾਂ ਮੀਂਹ ਪਿਆ ਵਾ, ਧੁੱਪ ਨਿਕਲ ਆਈ ਆ। ਵਿਊ ਦੇਖੋ ਜੀ ਕਿੰਨਾ ਸੋਹਣਾ, ਸਹੀ ਗੱਲ ਆ। ਆਹ ਦੇਖੋ ਜੀ ਪਹਾੜੀ ਡਿੱਗੀ ਆ ਰਾਤ ਦੇ ਮੀਂਹ ਕਰਕੇ, ਰਾਹ ਵੀ ਸਿੰਗਲ ਬਣ ਗਿਆ ਜਿਵੇਂ ਛੋਟਾ ਜਿਹਾ। ਲੰਗਰ ਆਪਾਂ ਛਕ ਰਿਹਾ ਜੀ, ਚਾਹ ਦੇ ਪਕੌੜਿਆਂ ਦਾ ਬਹੁਤ ਵਧੀਆ ਬਣਾਇਆ ਜੀ। ਲਿਫਾਫੇ ਚ ਪਾ ਕੇ ਗੱਡੀ ਦੋ ਲੇਜ਼ ਹੋ ਗਏ, ਟੋਫੀਆਂ ਮੈਂਟਸ ਵਾਲੀਆਂ ਹੋ ਗਈਆਂ, ਦਿਮਾਗ ਕੀ ਬੱਤੀ ਜਲਾਏਗਾ ਕੀ ਬੱਤੀ। ਅਸੀਂ ਸਾਰਾ ਹੀ ਰੁਦਰਪ੍ਰਯਾਗ ਲੰਘ ਚੁੱਕੇ ਆ, ਇਸ ਟਾਈਮ ਜਿਹੜਾ ਟਾਈਮ ਹੋ ਚੁੱਕਿਆ ਵਾ 2:30 ਵੱਜ ਚੁੱਕੇ ਨੇ, ਤੇ ਗੱਡੀਆਂ ਆਪਣੀਆਂ ਉਹ ਖੜੀਆਂ ਨੇ। ਇਥੋਂ ਦੇ ਜਿਹੜੇ ਪੇੜ ਆ ਤੇ ਪਹਾੜ ਨੇ, ਹਵਾ ਵਾ, ਐਵਰੀਥਿੰਗ ਮਤਲਬ ਚੇਂਜ ਹੋ ਚੁੱਕਿਆ ਸਾਰਾ, ਤੇ ਬਹੁਤ ਹੀ ਸੋਹਣਾ ਮੌਸਮ ਆ। ਤੁਸੀਂ ਦੇਖੋ ਰੁਦਰਪ੍ਰਯਾਗ ਦਾ ਉੱਪਰ ਉੱਪਰ ਪਹਾੜ ਤੇ ਘਰ ਉਹ ਦੇਖੋ, ਤੇ ਇੰਨਾ ਜ਼ਿਆਦਾ ਰਾਹ ਖਰਾਬ ਆ ਰਿਹਾ ਨਾ, ਰਾਹ ਦੇ ਵਿੱਚ ਬਹੁਤ ਜ਼ਿਆਦਾ ਰਾਹ ਖਰਾਬ ਆ, ਪਹਾੜੀਆਂ ਗਿਰੀਆਂ ਹੋਈਆਂ ਨੇ, ਪਹਾੜ ਸਿਰਫ ਜਿਵੇਂ ਜਿਹੜੇ ਡਬਲ ਡਬਲ ਰੋਡ ਨੇ ਉਹ ਸਿੰਗਲ ਸਿੰਗਲ ਬਣੇ ਹੋਏ ਨੇ, ਮਤਲਬ ਇੰਨੀ ਜ਼ਿਆਦਾ ਟ੍ਰੈਫਿਕ। ਸਵੇਰ ਦੇ ਤੁਰੇ ਹੋਏ ਆ 5 ਵਜੇ ਦੇ, ਤੇ 2:30 ਵੱਜ ਗਏ ਨੇ, ਹੁਣ ਜਾ ਕੇ ਅਸੀਂ ਰੁਦਰਪ੍ਰਯਾਗ ਲੰਘੇ ਆ, ਤੇ ਹੁਣ ਜਿਹੜਾ ਅਗਲਾ ਸਟੋਪ ਹੋਊਗਾ ਆਪਣਾ ਸਿੱਧਾ ਗੋਬਿੰਦ ਘਾਟ ਤੱਕ ਹੋਊਗਾ ਪੂਰਾ ਸਟੋਪ। ਗੁਰਦੁਆਰਾ ਲੰਗਰ ਦਮਦਮਾ ਸਾਹਿਬ ਆਪਾਂ ਰੁਕੇ ਆ ਜੀ, ਤੇ ਟਾਈਮ ਹੋ ਚੁੱਕਿਆ 3 ਵੱਜ ਗਏ ਨੇ। ਇੱਧਰ ਨੂੰ ਆ, ਇੱਧਰ ਬਹੁਤ ਕੀ ਚੀਜ਼ ਆ ਯਾਰ, ਆਹ ਪਤਾ ਨੀ ਕੀ ਸਿਸਟਮ ਜਿਹਾ ਵਾ। ਇਹ ਗੁਰਦੁਆਰਾ ਸਾਹਿਬ ਹੈ ਜੀ, ਦਮਦਮਾ ਸਾਹਿਬ। ਇੰਨਾ ਸੋਹਣਾ ਪਹਾੜ ਅੱਗੇ, ਇਹ ਹੈਗੀ ਜੀ ਗੰਗੋਤਰੀ, ਇਹ ਜਿਹੜੀ ਨਦੀ ਆ ਰਹੀ ਹੈ ਗੰਗੋਤਰੀ ਆ,
ਤੇ ਕੋਈ ਮੱਛੀ ਫਿਸ਼ ਚ ਕੁਛ ਨੀ ਹੈਗੀ, ਮੱਛੀ ਨੀ ਹੈਗੀ ਇਹਦੇ ਚ। ਗੰਗੋਤਰੀ ਹੈ ਅੱਗੇ ਦੇਵ ਪ੍ਰਯਾਗ ਜਾ ਕੇ ਦੋਨੇ ਕੱਠੀਆਂ ਮਿਲ ਜਾਂਦੀਆਂ ਨੇ, ਇੱਕ ਦਾ ਪਾਣੀ ਨੀਲਾ ਹੁੰਦਾ ਇੱਕ ਦਾ ਇਹ ਰੰਗ ਹੁੰਦਾ ਵਾ। ਦਮਦਮਾ ਸਾਹਿਬ ਤੋਂ ਤੁਰ ਚੁੱਕੇ ਆ ਤੇ ਲੰਗਰ ਪਾਣੀ ਛਕ ਲਿਆ ਸਾਰਿਆਂ ਨੇ। ਹੁਣ ਆਪਾਂ ਸਿੱਧੀਆਂ ਜਿਹੜੀਆਂ ਬ੍ਰੇਕਾਂ ਲਾਣੀਆਂ ਗੱਡੀ ਦੀਆਂ ਗੋਬਿੰਦ ਘਾਟ ਨੂੰ ਹੀ ਲਾਣੀਆਂ ਨੇ ਹੁਣ। ਹਾਂਜੀ, ਗੱਡੀ ਜਾਣੀ ਆ ਟੋਪੋ ਟੋਪ ਪੂਰੀ ਸਪੀਡ ਤੇ 80 ਦੀ। ਟਾਈਮ ਹੋ ਚੁੱਕਿਆ ਵਾ 3:30 ਤੇ ਜਿਹੜੀ ਉਮੀਦ ਹੈਗੀ ਆ ਪਹੁੰਚਣ ਦੀ ਆਪਾਂ ਨੂੰ 8 ਵਜੇ, ਹਨਾ ਵੀਰੇ? 8-9 ਦਾ ਵੱਜ ਜਾਣੇ ਆਪਾਂ ਨੂੰ ਪਹੁੰਚਦੇ। ਅੱਗੇ ਮੁਜੋ ਵਧੀ ਜਾਂਦੇ ਆ ਸਫ਼ਰ ਵੱਲ ਨੂੰ ਤੇ ਮੌਸਮ ਵੀ ਠੰਡਾ ਹੋਈ ਜਾਂਦਾ ਵਾ, ਪਹਾੜ ਵੀ ਬਹੁਤ ਵੱਡੇ ਵੱਡੇ ਤੇ ਜਿਹੜੇ ਦਰਖਤ ਨੇ ਉਹ ਵੀ ਚੇਂਜ ਹੋਈ ਆ, ਗੱਡੀਆਂ ਬਾਕੀ ਪਿੱਛੇ ਆ ਰਹੀਆਂ ਨੇ ਤੇ ਸਫ਼ਰ ਹਜੇ ਤੱਕ ਵਾਹਿਗੁਰੂ ਦੀ ਕਿਰਪਾ ਨਾਲ ਸਹੀ ਜਾ ਰਿਹਾ ਵਾ। ਤੇ ਵਲੋਗ ਜੇ ਤੁਹਾਨੂੰ ਵਧੀਆ ਲੱਗ ਰਿਹਾ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ। ਹੁਣ ਤੁਹਾਨੂੰ ਆਪਾਂ ਸਿੱਧਾ ਮਿਲਦੇ ਹਾਂ ਗੋਬਿੰਦ ਘਾਟ ਤੇ ਉੱਥੋਂ ਦਾ ਬੁਕਿੰਗ ਕਮਰਿਆਂ ਦੀ ਸਾਰਾ ਆਪਾਂ ਤੁਹਾਨੂੰ ਉੱਥੇ ਨੈਕਸਟ ਵਲੋਗ ਚ ਦੱਸਾਂਗੇ ਜੀ।